थोड़ा मैं एक पैसा खर्च नहीं करा। दाज वगैरह तो मैं उदा ही बहुत खिलाफ हाँ। बाकी एक गल हो रहा है भी, लड़की नू साड़ी ज्वाइंट फैमिली रहना पड़ेगा। ये तो बहुत ही चंगी गल है। किहड़े नगर? टोरंटो कैनेडा च। साड़ी सारी फैमिली उत्थे ही सैटल है। मेरे बापू जी कहिंदे हुंदे आ कि धी घराने दी ते बलद लाने दा ही चंगा हुंदा। सो लड़की खानदानी चाहीदी है। बाकी पैसे दी सानू कोई कमी नहीं। परमात्मा ने इन्ना पैसा दिता कि चाहे दो ही हथी समुंदर सुट्टण लग जाइए मुक्कण नहीं लग्या। हाँ काका जी, तुहाडे ते परमात्मा की बहुत कृपा। होर रंग भाग लगे रहन तो चलो छड़ो। हाँ हाँ दसो। नहीं नहीं कोई गल नहीं छड़ो सी। नहीं नहीं कोई गल तो हैगी थोड़े मन, दसो इस कि गल है। असल च काका जी मैं ना थोड़ी उम्र पूछना चाहता सी। ये तो मैनू पता सी, उम्र मेरी थोड़ी ज्यादा है, 32 साल है। कहिंदा तां 30-32 साल है, पर इहदी उम्र 40-42 तो घट नहीं लगती। खैर बाहरले मुंडे हो सकता घट ही हो गए, कुछ बंदियां दी गलीट भी यही होंदी है। किहड़े सोची पै गए अंकल? नहीं नहीं काका जी, सोचना तो की है, मैं तो यह सोचता सी भी थानू लड़की कदों दिखाईए। ओके चाहे अज ही लै आओ, कल मैं जाना किसी पासे बाहर, बाकी तुहाडी मर्जी है। हद होगी फिर लो बागरो दा ना काम निबड़िया चंगा है। मैनू लगता प्रेम सिंह शमिंदर सो ठीक ही कहिंदा। एडी छेती गल तो ठीक है, जिवें तेरी मर्जी, पर मैं होटल की गड्डी भेज देना, बस 2 घंटे लगेंगे। एक गल का गुस्सा ना करो अंकल, तुम इतने टाइम की कदर नहीं कर। गल तेरी ठीक है शमिंदर सिंह, तू ऐ कर, तू तैयार हो, असी लड़की नू लेके आ। लै भाई शमिंदर सिंह, जे कोई पुछना तो पुछ लै, बाकी असी सारी गल कर। मैं की पुछना अंकल जी, इन्हों नू देख के तो मेरी जीभ ही ठाकी गई। काका ये है सुखी की मां गुरदेव कौर। सीकाल। ते ये है मेरा पुत हरमन। सीकाल। मेरा रिश्तेदार तो बड़ा स्मार्ट है अंकल, जे रब ने चाहे ना इन्हों तो मैं अपने बिजनेस सैट करूंगा। हुण जे कादी भाई शमिंदर सिंह? जे तो बहुत बड़ी बाकी है जी, तुसीं मेरे कोलों तो सारा कुछ पुछ लिया। भला सुखी जी नू पुछिया जे मैं उन्हां नू ही पसंद रहा फिर? हाँ भाई सुखी ठीक है ना। ਲੈ ਵੀ ਸ਼ਮਿੰਦਰ ਸਿੰਘ ਹੁਣ ਦੱਸ ਵਿਆਹ ਬਾਰੇ। ਅੰਗੇਜਮੈਂਟ ਆਪਾਂ ਹੁਣ ਕਰ ਲੈਂਦੇ ਹਾਂ, ਵਿਆਹ 2 ਸਾਲ ਅਟ ਕੇ ਕਰ ਲਾਂਗੇ, ਕਿਉਂ ਬਾਪੂ ਜੀ? ਕਾਕਾ ਇੰਨੀ ਦੇਰ ਕੁੜੀ ਮੰਗ ਕੇ ਰੱਖਣੀ ਠੀਕ ਨਹੀਂ ਹੁੰਦੀ, ਐਂ ਕਿਵੇਂ ਹੋਊ? ਫਿਰ ਪਰਸੋਂ ਦਾ ਵਿਆਹ ਰੱਖ ਲਓ, ਸੰਡੇ ਹੈ। ਓਕੇ ਐਡੀ ਛੇਤੀ? ਸ਼ਮਿੰਦਰ ਸਿੰਘ ਸੌ ਤਿਆਰੀ ਕਰਨੀ ਹੁੰਦੀ ਹੈ, ਸੁੱਖ ਨਾਲ ਪਹਿਲਾ ਵਿਆਹ, ਅਗਲਿਆਂ ਦੇ ਰਿਸ਼ਤੇਦਾਰਾਂ ਦਾ ਇਕੱਠ ਵੀ ਹੋਊਗਾ। ਤੁਸੀਂ ਕਿਹੜੀ ਦੁਨੀਆ 'ਚ ਰਹਿੰਦੇ ਹੋ ਅੰਕਲ ਜੀ, ਜ਼ਮਾਨਾ ਬੜਾ ਫਾਸਟ ਹੈ। ਤੁਸੀਂ ਇੱਦਾਂ ਕਰੋ, ਫੋਨ 'ਤੇ ਸਾਰਿਆਂ ਨੂੰ ਮੈਸੇਜ ਭੇਜ ਦਿਓ, ਸਾਰੇ ਰਿਸ਼ਤੇਦਾਰ ਹੋਟਲ 'ਚ ਆ ਜਾਣਗੇ, ਸਾਰਾ ਅਰੇਂਜਮੈਂਟ ਹੋਟਲ ਵਾਲਿਆਂ ਨੇ ਕਰ ਦੇਣਾ, ਉਹ ਮੇਰੇ 'ਤੇ ਨਹੀਂ। ਠੀਕ ਹੈ ਨਾ ਬੇਟਾ? ਤੇਰੇ ਮੰਮੀ ਡੈਡੀ ਉਹਨਾਂ ਨੂੰ ਟਾਈਮ ਨਹੀਂ ਲੱਗ ਜੂ ਆਉਣ ਨੂੰ। ਬੀਜੀ ਤੁਸੀਂ ਕਿਹੜੀ ਗੱਲ ਕਰਦੇ ਹੋ, ਉਹ ਕੈਨੇਡਾ ਹੈ, ਉੱਥੇ ਮਿੰਟ ਮਿੰਟ ਦੀ ਕਦਰ ਹੈ, ਮੇਰਾ ਖਿਆਲ ਉਹਨਾਂ ਦਾ ਆਉਣਾ ਤਾਂ ਮੁਸ਼ਕਲ ਹੈ। ਬਾਕੀ ਅੰਕਲ ਜੀ ਇਹ ਬੜਾ ਪਰਸਨਲ ਜਿਹਾ ਮਾਮਲਾ ਵਿਆਹ ਦਾ, ਕੀ ਖਿਆਲ ਹੈ ਤੁਹਾਡਾ? ਪ੍ਰੇਮ ਸਿੰਘ ਸ਼ਮਿੰਦਰ ਸਿੰਘ ਨੇ ਬਹੁਤ ਸਿਆਣੀ ਗੱਲ ਕੀਤੀ, ਆਪਣੇ ਵੀ ਤਾਂ ਚੁੰਨੀ ਚੜਾ ਕੇ ਤੋਰ ਹੀ ਦਿੰਦੇ ਆ। ਬੋਲ ਤੇਰਾ ਖਿਆਲ ਆ ਬਈ। ਜਿਵੇਂ ਸ਼ਮਿੰਦਰ ਸਿੰਘ ਕਹਿੰਦਾ ਠੀਕ ਹੈ, ਇਹਦੇ ਨਾਲ ਆਪਣੀ ਖੁਸ਼ੀ ਹੈ, ਆਪਾਂ ਕਿਤੇ ਤੋਂ ਬਾਹਰ ਹਾਂ ਤੇ ਫਿਰ ਬੋਲੋ ਵਾਗਰੂ, ਇਸੇ ਐਤਵਾਰ ਇਸੇ ਹੋਟਲ 'ਚ 10 ਵਜੇ ਦਾ ਪ੍ਰੋਗਰਾਮ ਰੱਖ ਦਿੰਦੇ ਹਾਂ। ਠੀਕ ਹੈ ਠੀਕ ਹੈ, ਵਧਾਈਆਂ ਹੁਣ ਪ੍ਰੇਮ ਸਿੰਘ ਤੈਨੂੰ। ਲੈ ਵੀ ਸ਼ਮਿੰਦਰ ਸਿੰਘ ਲਿਆ ਮੰਗਾ ਮੁੱਠਾ ਕੁਕਰਾ। ਉਹ ਮੈਂ ਤਾਂ ਪਹਿਲੇ ਮੰਗਾ ਕੇ ਰੱਖਿਆ ਲੱਡੂ, ਲਓ ਜੀ ਆਹ ਵੇਟਰ ਲਈ ਆਉਂਦਾ, ਲਓ ਕਰੋ ਮੂੰਹ ਮਿੱਠਾ, ਲਓ ਲਿਆ। ਲੈ ਵੀ ਪ੍ਰੇਮ ਸਿੰਘ ਕਰਾ ਮੂੰਹ ਮਿੱਠਾ। ਸਤਿ ਸ਼੍ਰੀ ਅਕਾਲ ਵੀਰੇ, ਆਪਾਂ ਸੁਖੀ ਦਾ ਵਿਆਹ ਕਰ ਲਿਆ ਪਰਸੋਂ ਨੂੰ ਨਾ, ਹੁਣ ਤੁਸੀਂ ਸਾਨੂੰ ਕੰਡਿਆਂ ਦੇ ਝੜੀਸਦੇ ਹੋ, ਦਿਨ ਤਾਂ ਵਿਕ ਵਿਚਾਲੇ ਆ। ਦੇਖ ਵੀਰੇ ਸਾਨੂੰ ਤਾਂ ਆਪ ਟਾਈਮ ਨਹੀਂ ਲੱਗਿਆ, ਇਹ ਸਭ ਸੰਜੋਗਾਂ ਦੇ ਹੱਥ ਹੈ। ਭੈਣੇ ਭਾਣਜੀ ਦਾ ਵਿਆਹ ਹੋਵੇ, ਮਾਮੇ ਨਾਨਕ ਸ਼ੱਕ ਨਾ ਪੂਰਨ, ਇੱਦਾਂ ਨੱਕ ਨਹੀਂ ਵੱਢੀ ਜਾਓ ਸਾਡੀ। ਦੇਖ ਵੀਰੇ ਜਦ ਉਹਨਾਂ ਨੇ ਆਪਣੇ ਤੋਂ ਕੁਛ ਮੰਗਿਆ ਹੀ ਨਹੀਂ, ਫਿਰ ਅਸੀਂ ਤੁਹਾਡੇ ਤੋਂ ਮੰਗਦੇ ਚੰਗੇ ਲੱਗਦੇ ਆ, ਬਸ ਇੱਕ ਵਾਰੀ ਆ ਕੇ ਸਿਰ ਤੇ ਹੱਥ ਰੱਖ ਦਿਓ। ਵੈਸੇ ਗੁੱਸਾ ਨਾ ਕਰੀ ਭੈਣੇ, ਇਹ ਜੇ ਕੰਮਾਂ 'ਚ ਕਾਲ ਨਹੀਂ ਕਰੀਦੀ। ਚੱਲ ਚੰਗਾ ਅਸੀਂ ਸਿੱਧੇ ਹੀ ਹੋਸਟਲ ਪਹੁੰਚ ਜਾਵਾਂਗੇ। ਵਧਾਈਆਂ ਭੈਣੇ, ਬਹੁਤ ਬਹੁਤ ਵਧਾਈਆਂ ਤੁਹਾਨੂੰ ਵੀਰ, ਰੱਬ ਸਭ ਨੂੰ ਵਧਾਵੇ। ਦੇਖ ਵੀਰ ਤੂੰ ਤਾਂ ਐਵੇਂ ਵਾਧੂ ਦਾ ਗੁੱਸਾ ਕਰਦਾ ਸੀ। ਗੁੱਸਾ ਕਰੀਏ ਨਾ, ਕਿੱਥੇ ਬਣ ਠਣ ਕੇ ਆਉਣਾ ਸੀ, ਹੁਣ ਨੱਠ ਭੱਜ ਚ ਆਏ ਹਾਂ। ਮੁੰਡਾ ਆਇਆ ਬਾਹਰੋਂ, ਮੁੰਡੇ ਨੂੰ ਕੁੜੀ ਪਸੰਦ ਆ ਗਈ, ਝੱਟ ਮੰਗਣੀ ਤੇ ਪੱਟ ਵਿਆਹ, ਤਾਂ ਹੀ ਤਾਂ ਛੋਟੀ ਜਿਹੀ ਪਾਰਟੀ ਰੱਖੀ ਆ।
ਐਵੇਂ ਗੁੱਸਾ ਕਰੀਦਾ। ਪੁਰਾਣਿਆਂ ਤੈਨੂੰ ਵੀ ਵਧਾਈਆਂ ਬਈ। ਪੁੱਛ ਲੈਂਗੀ? ਚਲੋ ਮੈਂ ਕਹਿ ਦਿੰਦਾ। ਹੈਲੋ ਰਿਸੈਪਸ਼ਨ, ਯਾਰ ਬੇਟਰਾ ਦੋ ਕੱਪ ਕਾਫੀ ਦੇ ਦਿੱਤਾ ਭੇਜ। ਓਕੇ ਫਿਰ। ਸ਼ਮੀ ਡਾਰਲਿੰਗ, ਜੇ ਧਰਤੀ 'ਤੇ ਕਿਤੇ ਸਵਰਗ ਹੈ ਤਾਂ ਉਹ ਇੱਥੇ ਹੀ ਤੁਹਾਡੀਆਂ ਬਾਹਾਂ 'ਚ, ਤੁਹਾਡੀ ਬੁੱਕਲ 'ਚ। ਪਤਾ ਨਹੀਂ ਕਿਹੜੇ ਜਨਮ 'ਚ ਮੈਂ ਚੰਗੇ ਪੁੰਨ ਕੀਤੇ ਨੇ। ਇਸ ਧਰਤੀ 'ਤੇ ਸਭ ਤੋਂ ਖੁਸ਼ਕਿਸਮਤ ਕੁੜੀਆਂ ਨੇ। ਸੁਖੀ ਮੇਰੀ ਜਾਨ, ਰੱਬ ਦਾ ਸ਼ੁਕਰ ਤਾਂ ਮੈਨੂੰ ਅਦਾ ਕਰਨਾ ਚਾਹੀਦਾ। ਉਹ ਤੇਰੇ ਜਿਹੀਆਂ ਕੁੜੀਆਂ ਤਾਂ ਦੀਵਾਲੀ ਹੀ ਨਹੀਂ ਕਿਤੋਂ ਲੱਭਦੀਆਂ। ਮੈਂ ਸਾਰੀ ਉਮਰ ਇੱਥੇ ਹੀ ਘੁੰਮਣਾ ਚਾਹੁੰਦੀ ਹਾਂ, ਮੈਂ ਅਤੇ ਤੁਸੀਂ ਬਸ। ਉਹ ਤਾਂ ਠੀਕ ਹੈ, ਪਰ ਜਿਹੜਾ ਮੈਂ ਐਡਾ ਬਿਜ਼ਨਸ ਖੜਾ ਕੀਤਾ ਉਹਦਾ ਕੀ ਬਣੂ? 6 ਵੀਕਾਂ 'ਚ ਰੋਡ 'ਤੇ ਆਜੂ ਸਾਰਾ ਕੁਛ। ਸੁਖੀ ਤੈਨੂੰ ਮੇਰੇ ਨਾਲ ਨਾ ਡਿਪਾਰਟਮੈਂਟ ਸਟੋਰ 'ਤੇ ਕੰਮ ਕਰਨਾ ਪੈਣਾ। 5 ਦਿਨ ਕੰਮ, 2 ਦਿਨ ਐਸ਼। ਠੀਕ ਹੈ, ਕੰਮ ਦਾ ਕੰਮ, ਐਸ਼ ਦੀ ਐਸ਼। ਅੱਛਾ ਫਿਰ ਤੂੰ ਐਂ ਕਰ, ਤੂੰ ਤਿਆਰ ਹੋ ਜਾ, ਮੈਂ ਜਾਣਾ ਨਾ ਕੱਲ੍ਹ, ਤੂੰ ਜਲਦੀ ਨਾਲ ਤਿਆਰ ਹੋ ਜਾ। ਮੇਰੀ ਜਾਨ, ਮੇਰਾ ਕਿਹੜਾ ਇਕੱਲਿਆਂ ਵਾਪਸ ਜਾਣ ਨੂੰ ਜੀ ਕਰਦਾ? ਮੈਨੂੰ ਨਹੀਂ ਪਤਾ, ਮੇਰਾ ਹੁਣ ਇਕੱਲਿਆਂ ਦਾ ਜੀ ਨਹੀਂ ਲੱਗਦਾ। ਮੈਂ ਵੀ ਬੜਾ ਉਦਾਸ ਹਾਂ, ਪਰ ਮੈਨੂੰ ਜਾਣੇ ਪੈਣ। ਅੱਛਾ ਫਿਰ ਬਾਪੂ ਜੀ, ਮੈਂ ਚੱਲਦਾ ਜੀ। ਪੁੱਤ ਇਕੱਲੇ ਹੀ ਚੱਲਿਆ ਤੂੰ? ਪਰ ਆਪਣੀ ਗੱਲ ਤਾਂ ਸੁੱਖੀ ਨੂੰ ਨਾਲ ਜਾਣ ਦੀ ਹੋਈ ਸੀ। ਹੋਈ ਤਾਂ ਸੀ, ਪਰ ਉਹ ਬਾਹਰਲਾ ਮੁਲਕ ਹੈ ਬਾਪੂ ਜੀ, ਉੱਥੇ ਬੀਜੇ ਬਿਨਾਂ ਥੋੜ੍ਹਾ ਜਾਇਆ ਜਾਂਦਾ। ਇਹ ਤਾਂ ਪੁੱਤਰਾ ਹੁਣ ਸਭ ਕੁਝ ਤੂੰ ਹੀ ਕਰਨਾ, ਨਾਲੇ ਇਹਦੇ ਬਾਰੇ ਸਾਡੇ ਨਾਲੋਂ ਵੱਧ ਤੂੰ ਜਾਣਦਾ। ਉਹ ਤਾਂ ਠੀਕ ਹੈ, ਫਿਰ ਐਂ ਕਰੋ ਬਾਪੂ ਜੀ, ਲਿਆਓ ਪਾਸਪੋਰਟ, ਮੈਂ ਟਰਾਈ ਕਰ ਲੈਣਾ। ਪਾਸਪੋਰਟ? ਪਾਸਪੋਰਟ ਤਾਂ ਹਾਲੇ ਬਣਾਇਆ ਹੀ ਨਹੀਂ। ਹੈਂ, ਹਾਲੇ ਪਾਸਪੋਰਟ ਬਣਾਇਆ ਹੀ ਨਹੀਂ? ਬਾਪੂ ਜੀ ਤੁਹਾਨੂੰ ਘੱਟੋ ਘੱਟ ਪਾਸਪੋਰਟ ਤਾਂ ਬਣਾ ਕੇ ਰੱਖਣਾ ਚਾਹੀਦਾ ਸੀ। ਹੁਣ ਦੱਸੋ ਅਗਲਾ ਖਾਲੀ ਕਾਗਜ਼ਾਂ 'ਚ ਥੋੜ੍ਹਾ ਵੀਜ਼ਾ ਲਾ ਦੂ ਆਪਾਂ ਨੂੰ। ਚਲੋ ਇਹ ਤਾਂ ਐਂ ਹੁੰਦਾ ਹੋਊ, ਮੈਂ ਤਾਂ ਭਾਈ ਤਾਂ ਕਹਿੰਦੀ ਸੀ ਵੀ ਸੁੱਖੀ ਵਿਚਾਰੀ ਬਾਹਲਾ ਹੀ ਉੱਧਰ ਦੀ ਆ, ਇਹਦਾ ਹੁਣ ਇੱਥੇ ਜੀ ਨਹੀਂ ਲੱਗਣਾ, ਬਾਕੀ ਭਾਈ ਤੇਰੀ ਮਰਜ਼ੀ। ਇਹਦਾ ਤਾਂ ਮੈਨੂੰ ਵੀ ਬਹੁਤ ਫਿਕਰ ਹੈ, ਪਰ ਕੀ ਕਰਿਆ ਜਾ ਸਕਦਾ। ਤੂੰ ਮੈਨੂੰ ਬਹੁਤ ਮਿਸ ਕਰੇਗੀ ਨਾ? ਮੈਂ ਵੀ ਬਸ ਖਾਲੀ ਖਾਲੀ ਜਾ ਰਿਹਾ, ਮੈਂ ਜਲਦੀ ਉਹ ਆ ਜਾਵਾਂਗਾ ਤੈਨੂੰ ਵਾਪਸ ਲੈ ਕੇ ਜਾਣ ਖਾਤਰ। ਤੂੰ ਨਾ ਮੈਨੂੰ ਰੋਜ਼ ਫੋਨ ਕਰ ਲਿਆ ਕਰ, ਤਾਂ ਹੀ ਆਪਾਂ ਮਿਲਦੇ ਰਹਾਂਗੇ। ਹਾਂ ਸੱਚ, ਪਾਸਪੋਰਟ ਜਦੋਂ ਆ ਗਿਆ ਮੈਨੂੰ ਉਦੋਂ ਹੀ ਫੋਨ ਕਰ ਦੀ, ਮੈਂ ਉਸੇ ਵੇਲੇ ਆ ਕੇ ਤੈਨੂੰ ਨਾਲ ਲੈ ਜਾਵਾਂਗਾ। ਮੈਂ ਹੁਣ ਤੁਹਾਡੇ ਬਿਨਾਂ ਨਹੀਂ ਰਹਿ ਸਕਦੀ। ਕਮਲੀ ਨਾ ਹੋਵੇ, ਰੋਈ ਦਾ ਥੋੜ੍ਹਾ ਹੈ, ਹੱਸ ਕੇ ਤੋਰੀ ਦਾ, ਐਂ ਤੋਰੇਂਗੀ ਮੈਨੂੰ ਤੂੰ? ਸਮਾਈਲ ਸੁੱਖੀ, ਸਮਾਈਲ ਪਲੀਜ਼। ਸ਼ੰਮੀ ਚਲਾ ਗਿਆ, ਐਸਾ ਗਿਆ ਨਾ ਕੋਈ ਫੋਨ ਨਾ ਕੋਈ ਖਬਰ। ਸੁੱਖੀ ਨੂੰ ਲੱਗਿਆ ਕਿ ਉਹ ਠੱਗੀ ਗਈ ਤੇ ਘਰ ਦੇ ਵਿੱਚ ਕਲੇਸ਼। ਮੈਂ ਕਿਹਾ ਸੀ ਨਾ ਤੈਨੂੰ, ਨਾ ਕਾਲੀ ਕਰੇ ਨੀ, ਨਾ ਕਾਲੀ ਕਰ, ਪੱਟੀ ਮੇਸ ਕਰਕੇ ਰੱਖਤੀ ਤੇਰੀ ਇਸ ਕਾਲੀ ਨੇ। ਓਹੋ, ਮੈਂ ਕੋਈ ਉਹਦਾ ਦੋਖੀ ਆ? ਜਦੋਂ ਮੈਂ ਰਿਸ਼ਤਾ ਹੋਇਆ ਉਦੋਂ ਤੂੰ ਕਿੱਥੇ ਸੀ? ਛੱਡ ਭੈਣੇ, ਕਿਉਂ ਕਲੇਸ਼ ਵਧਾਇਆ? ਜੋ ਹੋਣਾ ਸੀ ਉਹ ਹੋ ਗਿਆ, ਰੋਜ਼ ਦਾ ਘਰ ਦਾ ਕਲੇਸ਼ ਮਾੜਾ ਹੁੰਦਾ। ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਬਈ ਇਹੋ ਜਿਹੇ ਫੈਸਲੇ ਸੋਚ ਵਿਚਾਰ ਕੇ ਲੈਣੇ ਚਾਹੀਦੇ ਆ, ਬਹੁਤੀ ਕਾਹਲ ਨਹੀਂ ਕਰਨੀ ਚਾਹੀਦੀ। ਤੂੰ ਹੁਣ ਸ਼ਾਂਤ ਰਹਿ, ਅਸੀਂ ਚੱਲ ਕੇ ਗੁਰਮੀਤ ਨਾਲ ਗੱਲ ਕਰਦੇ ਹਾਂ। ਚੱਲ ਗੁਰਮੀਤ ਸਿਆ, ਤੂੰ ਰਿਸ਼ਤੇ ਚੋਲਾ ਰੱਖ ਕੇ ਚੰਗਾ ਨਹੀਂ ਕੀਤਾ, ਕਰਤੀ ਨਾ ਉਹੀ ਵਿਚੋਲਿਆਂ ਵਾਲੀ ਗੱਲ। ਦੇਖ ਜੋਗਿੰਦਰ ਸਿਆ, ਵਿਚੋਲਾ ਵਿਚਾਲਾ ਮੈਂ ਹੈ ਨਹੀਂ,
मैं मुंडे नूं विआह च वेख्या सी, मुंडा मैनू ठीक लग्या, मैं प्रेम सिंह दस पाती। मैं कोई माड़ा नहीं किया, मेरी की उहदे नाल भाई साहब वाली जान पछाण है नहीं सी। जे कोई मेरा कसूर है तो मेरे पले पाओ। बोल भी प्रेम सिंह। ओए मैं तेरा कसूर नहीं करता गुरमीत सिंह, कसूर तो सारा संदे लेखां दा है। हले तक उस मुंडे नूं भी माड़ा नहीं कहिंदा, पर मैनू एक गल समझ नहीं आउंदी, बई ओह साडा फोन कदों नहीं चुकदा। बई इह तां उही दस सकदा है कि फोन क्यों नहीं चकदा है। बाकी शमिंदर सिंह एडा माड़ा नहीं सी, अगे बई रब नूं पता। तां फिर हथ ते हथ धर के बैठे रही असीं। मैं तां कहिंदा एस एस पी दे दरखास्त दिओ, आपे भज्जिआ फिरू। फिर बई थोड़ी खुशी, मेरी गल सुनो, हो सकदा कनेडा वाला फोन उहदा खराब हो। मेरे कोले कनेडा वाला उहदा एड्रैस लिखिआ पिआ, मैं भी चिट्ठी लिखदा, तुसीं कुड़ी नूं कहो चिट्ठी लिखे। होर दसो मैं करां। ठीक है, जे यही चारा है तां इह भी करके देख लैंदे आं। महीने तो उपर हो गए चिट्ठी पाई नू, ना कि मिली ना हो हूं तक, ना चिट्ठी का जवाब, ना कोई फोन। कुड़ी की इज्जत खे खराब करके तुर गया टह जाना। ना मैं कोई जान बुझ के धोखा खादा, दस की करदा मैं। ना कहा नहीं सी मेरे वीर ने भी अता पता कर लो खानदान बारे, जद नहीं तो मनी। दो दिन च प्रुन के रखती मेरी धी, हूँ वह कहें रपट लिखा दो, वह नहीं मनता तू। हूँ तू एवं ना क्लेश कर, मैं करदा अपने सरपंच नाल गल। ਸਵੇਰੇ ਹੁੰਦੇ ਆ ਪੇਸ਼ ਐਸ ਐਸ ਪੀ ਦੇ। ਬਸ ਕਿਉਂ ਰੋਣੀ ਆ, ਮੈਂ ਆ ਗਿਆ ਨਾ, ਚੱਲ। ਲੈ ਪੁੱਤ ਬਿਸਕੁਟ ਲੈ ਲੈ, ਅਸੀਂ ਤਾਂ ਡਰ ਹੀ ਗਏ ਸੀ, ना तो साड़ी किसी चिट्ठी का जवाब दिता ते ना फोन सुने। पुत पिंड दे लोग तरह तरह दी गल्लां करदे सी, हुण जिन्ने मूँह उन्नियां गल्लां, किसी दा कड़ा मूँह फड़ लैणा। ये तो असीं जाणदे आ वी जिवें असीं नीवीं पा के पिंड च टाइम कढ़िया। ये तो शुक्र करो बापू जी भी अज मैं तुहाडे विचकार जिउंदा बैठा इत्थे। है इहो जी कीड़ी गल हो गई सी? ये तो सुखी दे प्यार ने हथ दे के रख लिया मैनू, नहीं तो इन्ना सीरीयस एक्सीडेंट होया ना, बचना मुश्किल सी मेरा। सारा दिन मंजे ते पिया सोचता रहिंदा, काश मेरी सेवा संभाल ली मेरी सुखी को मेरे कोल हो। हुण होर नहीं बस, सुखी चल चक अपने डाकूमेंट्स, सर्टिफिकेट, राशन कार्ड, फोटो सब चक लै, बस कल ही मैं तेरा केस अप्लाई कर देना। हुण तेरे बिना रहा नहीं जाता मेरे तो कल्ले, तो तू मेरी जिंदगी है। ये जिंदगी तेरी अमानत है सुखी, ये जिंदगी तेरी अमानत है। हाँ पुत, जे मैं थोड़ा जी करदा उवें करो, थोड़ी खुशी नाल ही साड़ी खुशी है। जुग जुग जीवो, जवानियां माणो। चा मत्ती सुखी ने एक एक करके सारे कागज तैयार करवाउण लई दित्ते, वीजा एडवाइजर तों सलाह भी लई। दोवां ने बड़े प्यार नाल सारे पेपर तैयार किए। रोमांस विच खीवी सुखी नूं रब जग दी सुध नहीं सी। लै ते वी कर दे। चल ठीक है, लै बस हुण हो गए अपने सारे कागज तैयार, कल ही आपां अप्लाई करके आवांगे। पहाड़ां दीआं ठंडियां वादियां भी रंगीन कीतियां गईआं। सो एक दिन सुखी नूं ओह घर छड्ड के पेपर अप्लाई करन लई चला गया। हाँ जान, पेपर अप्लाई कर दित्ते आ। तुसीं कित्थों बोल रहे हो? मैं दिल्ली तो बोल रहा। हाँ ये काम तो हो गया अपना ठीक, बस 10 दिन हद 15 दिन लग जू वीजा, फिर आप सदा लिए कट्ठे। तुसी घर कदों मुड़ोगे? यार मैं इसलिए फोन करया सी, ऐदा ना पिछे एक बिपता आ पई है, डैडी जी नूं हार्ट अटैक हो गया। बाकी जो रब नूं मंजूर। रब सुख रखे। हुण किवें ने हो? है तो सीरीयस ही ने ओ, पर मैं भी की कर सकदा हूँ, ये काम भी तो जरूरी है। शम्मी मापे कड़ा तरे पे ने, की करिए? ओ जां फिर ऐ कर दे,
मैं उन्होंने जाके मिले आना जब तक अपना वीजा भी लग जू ठीक है ना। तो टिकट मेरी अप्लाई करी हुई है। हाँ सच जे मैं लेट हो गया फिर तू ऐ करी फिर तू आप जहाज चढ़ के आ जी देखी कि पापा जी नूह का मूँह ना देखो रह जा ठीक है ना। बाकी तेरी मर्जी है तू जिमें कह उमें कर लें। नहीं नहीं तुसी जाओ तो मैं घर पहुँचते ही फोन करना मैं ताड़ी उड़ीक करूँगी वाहेगुरु भला करेगा। अच्छा फिर जो तू कह रही है ना ठीक है ओके देन बाय बाय। माही की उड़ीक विच सुखी दियां अखियां चों नींद उड़ गई ते ओह हर रोज औसियां पाउंदी। ते फिर एक दिन ड्याकिए दी दस्तक हुई। सीधा सप बन गया मेरी धी दे माले कबूतर ते छुट्टियां कटन आंदे ने ते छुट्टियां विच मौज मस्ती कर ली चाटियां पोलियां पालियां कुड़ियां नाल ब्याहां दे ड्रामे करदे ने। सुखी दी है होश करदी है अखां खोल। इस तरह दियां हजारां सुखियां अपने NRI माही दी अज भी बेसबरी नाल उड़ीक कर रहियां ने पर उन्हां दा जहाज इंडिया च कदों उतरेगा किसी नूं कोई खबर नहीं।